ਜੀਵਨ ਦਾ ਨਾਮ ਪੜੋ ਕਵੀ ਹਰੀ ਸਿੰਘ ਨਲਵੇ ਦਾ ਇਤਿਹਾਸ। ਹਰੀ ਸਿੰਘ ਨਲਵੇ ਦਾ ਜਦੋਂ ਪਠਾਣਾਂ ਨੂੰ ਭਾਜੜਾਂ ਪਾਈਆਂ ਨਾ, ਪਠਾਣਾਂ ਨੂੰ ਭਾਜੜਾਂ ਦਾ ਸਮਾਪਤੀ ਕਰੇ, ਜਿਸ ਵੇਲੇ ਪਠਾਣਾਂ ਨੂੰ ਭਾਜੜਾਂ ਪਾਈਆਂ, ਇੱਕ 19 ਸਾਲ ਦੀ ਔਰਤ ਜਿਹਦਾ ਨਾਮ ਤੇ ਅੱਜ ਬਾਨੋ ਪਠਾਣੀ ਨਾਮ ਆਇਆ ਬਾਨੋ, ਤੇ ਕਹਿੰਦੇ ਜਦੋਂ ਆਪਣੇ ਮੰਗੇਤਰ ਨੂੰ ਆਖਣ ਲੱਗੀ ਗੁਰਫਾਮ ਨੂੰ, ਕਹਿੰਦੀ ਇਹ ਕੌਣ ਹੈ ਜਿਹਨੇ ਪਠਾਣਾਂ ਨੂੰ ਭਜਰਾ ਪਾਤੀਆਂ, ਅੱਜ ਤੱਕ ਕੋਈ ਪਠਾਣਾਂ ਨੂੰ ਭਜਰਾ ਨਹੀਂ ਪਾ ਸਕਿਆ, ਇਹ ਕੌਣ ਨੇ? ਤੂੰ ਆਖਿਆ ਕਹਿੰਦੇ ਇਹ ਕਲਗੀਧਰ ਦੇ ਸਿੱਖ ਨੇ, ਬਾਨੋ ਕਲਗੀਧਰ ਦੇ ਸਿੰਘ ਨੇ, ਇਹਨਾਂ ਨੇ ਸਾਨੂੰ ਭਜਰਾ ਪਾਈਆਂ। ਤੇ ਕਹਿੰਦੇ ਜੰਗਲਾਂ 'ਚ ਪਹਾੜਾਂ 'ਚ ਡੁੱਗੇ ਹੋਏ ਨੇ ਪਠਾਣ ਪਹਾੜਾਂ ਦੇ ਵਿੱਚ, ਤੇ ਕਹਿੰਦੇ ਉਹ ਪਠਾਣੀ ਆਖਣ ਲੱਗੀ ਮੈਂ ਦੇਖਣਾ ਚਾਹੁੰਦੀ ਇਹ ਕਿੱਦਾਂ ਦਾ ਜੀਵਨ ਹੈ, ਕਿਹੋ ਜਿਹੇ ਨੇ, ਮੈਂ ਦੇਖਣਾ ਚਾਹੁੰਦੀ। ਤੂੰ ਕਹਿੰਦੇ ਨਾ ਬਾਨੋ ਨਾ, ਗੋਦਾ ਮੰਗੇਤਰ ਆਖਣ ਲੱਗਾ ਬਾਨੋ ਦਾ 19 ਸਾਲਾਂ ਦੀ ਔਰ ਬਾਨੋ ਨਾ ਬਾਨੋ, ਕਿਤੇ ਇਹ ਭੁੱਲ ਨਾ ਕਰ ਬੈਠੀ, ਪਤਾ ਨਹੀਂ ਤੇਰੇ ਨਾਲ ਕਿੱਦਾਂ ਦਾ ਸਲੂਕ ਕਰਨ, ਤੂੰ ਦੁਸ਼ਮਣਾਂ ਦੀ ਔਰਤ ਹੈ, ਦੁਸ਼ਮਣਾਂ ਦੀ ਪਠਾਣਾਂ ਦੀ ਲੜਕੀ ਹੈ, ਕੀ ਪਤਾ ਕਿੱਦਾਂ ਦਾ ਤੇਰੇ ਨਾਲ ਸਲੂਕ ਕਰਨ। ਕਹਿੰਦੇ ਨਹੀਂ ਮੈਂ ਵੇਖਣਾ, ਕਹਿੰਦੇ ਧੱਕਾ ਮਾਰ ਕੇ ਨਾ ਮੰਗੇਤਰ ਨੂੰ ਭੱਜ ਗਈ ਜਿੱਥੇ ਤੰਬੂ ਲੱਗਾ ਸੀ। ਤੇ ਅੱਗੇ ਜਦੋਂ ਗਈ ਤੇ ਕੀ ਵੇਖਿਆ, ਹਰੀ ਸਿੰਘ ਨਲਵਾ ਚੌਂਕੜਾ ਮਾਰਿਆ, ਜ਼ਮੀਨ ਤੇ ਕੱਪੜਾ ਵਿਛਾਇਆ ਤੇ ਨਿਤਨੇਮ ਗਾ ਰਹੇ ਸਨ ਹਰੀ ਸਿੰਘ ਨਲਵਾ ਜਰਨੈਲ ਮਹਾਰਾਜ ਰਣਜੀਤ ਸਿੰਘ ਜੀ ਦਾ। ਕਹਿੰਦੇ ਕੱਪੜਾ ਵਿਛਾ ਕੇ ਨਿਤਨੇਮ ਕਰ ਰਹੇ ਸਨ, ਤੇ ਕਹਿੰਦੇ ਜਦੋਂ ਨਿਤਨੇਮ ਕਰਕੇ ਇਹ ਅਰਦਾਸ ਕੀਤੀ ਨਾਨਕ ਨਾਮ ਕੀਤੇ ਮੰਗਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਰੱਤ ਦਾ ਭਲਾ। ਦੇਖੋ ਸਿੱਖਾਂ ਦਾ ਜੀਵਨ, ਜੀਵਨ ਦਾ ਨਾਮ ਹੀ ਸਿੱਖੀ ਹੈ, ਕਿਰਦਾਰ ਹੋਵੇ ਗੁਰਮੁਖੋ। ਕਹਿੰਦੇ ਬਾਨੋ ਨੇ ਆਖਿਆ ਬਈ ਤੁਸੀਂ ਸਾਨੂੰ ਸਾਡੇ ਮੁਲਕਾਂ 'ਤੇ ਕਬਜ਼ਾ ਕਿਉਂ ਕੀਤਾ? ਕਹਿੰਦੇ ਨਹੀਂ, ਤੁਹਾਡੇ ਮੁਲਕਾਂ 'ਤੇ ਕਬਜ਼ਾ, ਤੁਸੀਂ ਲੋਕਾਂ ਨੂੰ ਤੰਗ ਕਰਦੇ ਹੋ, ਦੁਨੀਆਂ ਨੂੰ ਤਸੀਹੇ ਦਿੰਦੇ ਹੋ, ਤੁਹਾਡੇ 'ਤੇ ਕਬਜ਼ਾ ਨਹੀਂ ਕੋਈ ਕੀਤਾ, ਅਸੀਂ ਆਪਣੇ ਘਰ 'ਤੇ ਆਪ ਕਬਜ਼ਾ ਕੀਤਾ। ਅਤੇ ਆਖਣ ਲੱਗੀ ਜਦੋਂ ਪ੍ਰਭਾਵਿਤ ਹੋਈ ਵੇਖਿਆ ਬੜਾ ਉੱਚਾ ਸੁੱਚਾ ਜੀਵਨ ਹੈ ਸਿੱਖਾਂ ਦਾ, ਅਤੇ ਕਹਿੰਦੇ ਐਡੀ ਪ੍ਰਭਾਵ ਤੋਂ ਮੁੱਖ ਤੋਂ ਪਤਾ ਕੀ ਆਖਿਆ, ਕਹਿੰਦੀ ਨਲਵਾ ਜੀ, ਨਲਵਾ ਲਿਖਿਆ ਨਲਵਾ ਜੀ, ਨਲਵਾ ਕਹਿੰਦੇ ਉਸ ਵੇਲੇ ਮਾਵਾਂ ਆਪਣੇ ਬੱਚਿਆਂ ਨੂੰ ਕਹਿੰਦੀ ਬੇਟਾ ਚੁੱਪ ਕਰ ਨਹੀਂ ਨਲਵਾ ਆ ਜਾਏਗਾ, ਐਡਾ ਪ੍ਰਭਾਵ ਸੀ ਹਰੀ ਸਿੰਘ ਨਲਵੇ ਦਾ। ਕਿ ਨਲਵਾ ਜੀ ਮੈਂ ਇਹ ਚਾਹੁੰਦੀ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਯੋਧਾ ਜਰਨੈਲ ਪੁੱਤਰ ਜਨਮ ਲਵੇ। ਧਿਆਨ ਦੇ ਵੇਖੋ ਇੱਥੇ ਖਾਲਸਾ ਦਾ ਕਿਰਦਾਰ ਦੇਖਿਓ ਵਿੱਚ ਕੀ ਹੁੰਦਾ, ਖਾਲਸਾ ਕੌਣ ਹੈ ਤੇ ਖਾਲਸਾ ਦਾ ਕਿਰਦਾਰ ਕੀ ਹੈ। ਕਹਿੰਦੀ ਨਲਵਾ ਜੀ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਦੇ ਵਿੱਚੋਂ ਤੁਹਾਡੇ ਵਰਗਾ ਯੋਧਾ, ਤੁਹਾਡੇ ਵਰਗਾ ਸੂਰਵੀਰ, ਤੁਹਾਡੇ ਵਰਗਾ ਜਰਨੈਲ ਜਨਮ ਲਵੇ। ਤੇ ਕਹਿੰਦੇ ਜਦੋਂ ਇਹ ਗੱਲ ਆਖੀ ਨਾ ਤਾਂ ਹਰੀ ਸਿੰਘ ਨਲਵੇ ਦੀਆਂ ਅੱਖਾਂ ਲਾਲ ਹੋ ਗਈਆਂ, ਆਖਿਆ ਬੰਨ ਚਲੀ ਜਾ ਇੱਥੋਂ, ਭਾਵ ਤੂੰ ਮੇਰੇ ਨਾਲ ਵਿਆਹ ਕਰ, ਮੰਗਦੀ ਹੈ ਇੱਛਾ ਕਿ ਮੇਰੇ ਘਰ ਤੇਰੇ ਵਰਗਾ ਪੁੱਤਰ ਜਨਮ ਲਵੇ। ਪਰ ਹਰੀ ਸਿੰਘ ਨਲਵੇ ਨੇ ਕਹਿੰਦੇ ਬੰਨ ਚਲੀ ਜਾ ਇੱਥੋਂ, ਇੱਥੇ ਖਲੋਈ ਨਾ, ਚੜੀ ਜਾ, ਦਫਾ ਹੋ ਜਾ ਮੁੱਖ ਤੋਂ ਆਖਿਆ। ਤੇ ਕਹਿੰਦੇ ਜਦੋਂ ਚੱਲੀ ਨਾ, ਜਾਂਦਿਆਂ ਜਾਂਦਿਆਂ ਇੱਕ ਮੇਣਾ ਮਾਰਿਆ, ਮੇਣਾ ਕੀ ਆਖਣ ਲੱਗੀ, ਕਹਿੰਦੀ ਹਰੀ ਸਿੰਘ ਨਲਵਿਆ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਘਰੋਂ ਤੇ ਗੁਰੂ ਨਾਨਕ ਦੇ ਸਿੱਖ ਦੇ ਘਰੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ, ਪਰ ਅਫਸੋਸ ਦੁੱਖ ਅਫਸੋਸ ਅੱਜ ਤੇਰੇ ਦਰ ਤੋਂ ਮੈਂ ਖਾਲੀ ਜਾ ਰਹੀ ਹਾਂ। ਤਾਂ ਨਾ ਹੁਣ ਇਸ਼ਾਰਾ ਕਰਦਾ ਗੁਰੂ ਵੱਲ ਹੋ ਗਿਆ, ਕੀ ਆਖਿਆ ਮੈਂ ਸੁਣਿਆ ਸੀ ਅੱਜ ਤੱਕ ਗੁਰੂ ਨਾਨਕ ਦੇ ਘਰੋਂ ਤੇ ਗੁਰੂ ਨਾਨਕ ਦੇ ਸਿੱਖ ਦੇ ਘਰੋਂ ਕੋਈ ਖਾਲੀ ਨਹੀਂ ਗਿਆ, ਦੇਖੋ। ਕਹਿੰਦੇ ਇਸ਼ਾਰਾ ਜਦੋਂ ਹੋਇਆ ਤੇ ਕਹਿੰਦੇ ਨਲਵੇ ਨੇ ਆਵਾਜ਼ ਮਾਰੀ, ਕਹਿੰਦੇ ਬਾਨੋ ਇੱਧਰ ਆ। ਕਹਿੰਦੇ ਕੀ ਕੀਤਾ, ਉੱਚੀ ਜਗ੍ਹਾ ਦੇ ਸਤਿਕਾਰ ਨਾਲ ਬਿਠਾਇਆ ਤੇ ਚਾਦਰ ਮੰਗਾਈ, ਉਹ ਸਮਝੀ ਮੇਰੇ ਨਾਲ ਨਿਕਾਹ ਕਰ ਲੇਗਾ, ਮੁਸਲਮਾਨ ਚਾਦਰ ਪਾ ਕੇ ਨਿਕਾਹ ਕਰਦੇ ਨੇ, ਨਿਕਾਹ ਕਹਿੰਦੇ ਵਿਆਹ ਨੂੰ। ਕਹਿੰਦੇ ਚਾਦਰ ਮੰਗਾਈ ਤੇ ਕਹਿੰਦੇ ਸਿਰ ਤੇ ਚਾਦਰ ਪਾ ਕੇ ਹਰੀ ਸਿੰਘ ਨਲਵਾ ਗੋਡੇ ਭੈਰ ਆਪ ਹੋ ਗਏ, ਨੀਵੇਂ ਹੋ ਗਏ, ਆਖ ਲੱਗੇ ਬਾਨੋ ਕੀ ਕਹਿੰਦੀ ਸਾਂ ਕਿ ਤੇਰੇ ਵਰਗਾ ਪੁੱਤਰ ਮੇਰੇ ਘਰ ਪੈਦਾ ਹੋਵੇ। ਕਹਿੰਦੇ ਜਾ ਬਾਨੋ, ਅੱਜ ਤੋਂ ਮੈਂ ਤੇਰਾ ਧਰਮ ਦਾ ਪੁੱਤਰ ਤੇ ਤੂੰ ਮੇਰੀ ਧਰਮ ਦੀ ਮਾਂ। ਗੱਜ ਕੇ ਆਖੋ ਸਤਨਾਮ। ਕਹਿੰਦੇ ਉਸ ਵੇਲੇ ਬਾਨੋ ਦੇ ਮਨ ਚ ਸਾਰਾ ਵਿਕਾਰ ਹੋ ਗਿਆ, ਵਿਕਾਰਾਂ ਦੀ ਮੈਲ ਦੂਰ ਹੋ ਗਈ, ਅੱਖਾਂ ਚ ਅਥਰੂ ਜਾਂਦਿਆਂ ਜਾਂਦਿਆਂ ਗੱਲ ਗਈ। ਕਹਿੰਦੀ ਜਿਸ ਕੌਮ ਦੇ ਵਿੱਚ ਐਸਾ ਖਾਲਸਾ ਹੈ, ਜਿਸ ਕੌਮ ਦੇ ਐਸੇ ਜਰਨੈਲ ਨੇ, ਉਸ ਕੌਮ ਨੂੰ ਕੋਈ ਵੀ ਹਰਾ ਨਹੀਂ ਸਕਦਾ। ਗੱਜ ਕੇ ਆਖੋ ਸਤਨਾਮ। ਇਸੀ ਸਿੱਖਾਂ ਦਾ ਜੀਵਨ, ਸਿੱਖਾਂ ਦਾ ਜੀਵਨ ਇਹੋ ਜਿਹਾ ਜੀਵਨ ਸੀ, ਸਿੱਖਾਂ ਦਾ ਇਹੋ ਜਿਹਾ ਜੀਵਨ ਸੀ, ਖਾਲਸੇ